ਪੁੱਜ ਕੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਿਹੜੇ ਬੱਚੇ ਯੂਕੇ ਗਏ ਬੇਟੀ ਦਾ ਫੋਨ ਆਇਆ ਮੈਨੂੰ ਕਿ ਅੰਕਲ ਜੀ ਅੱਜ ਪਰੇਸ਼ਾਨੀ ਦੀ ਹਾਲਤ ਵਿੱਚ ਆ ਬੇਟਾ ਦੱਸੋ ਕੀ ਗੱਲ ਹੈ ਗੱਲ ਇਹ ਹੈ ਕਿ ਤੁਹਾਡੇ ਬੇਟੇ ਦਾ ਪਰਸ ਗਿਰ ਗਿਆ ਕੰਮ 'ਤੇ ਸੀ ਉਹ ਦੋ ਦਿਨ ਹੋ ਗਏ ਸਾਰੇ ਪਾਸਾ ਵੇਖ ਲਿਆ ਬੜੇ ਪਰੇਸ਼ਾਨ ਆ ਅਗਰ ਉਹ ਕਾਰਡ ਨਾ ਮਿਲਿਆ ਤਾਂ ਅਸੀਂ ਯੂਕੇ ਦੇ ਵਿੱਚ ਦੋ ਨੰਬਰ 'ਚ ਗਿਣੇ ਜਾਵਾਂਗੇ ਕਿ ਬੇਟਾ ਜੇ ਪ੍ਰਭੂ ਤੁਹਾਨੂੰ ਉਸ ਜਗ੍ਹਾ 'ਤੇ ਲੈ ਕੇ ਗਿਆ ਹੈ ਨਾ ਇਹਦੇ ਵਿੱਚ ਕੋਈ ਪ੍ਰਭੂ ਦਾ ਰਾਜ ਹੈ ਨਿਰਾਸ਼ ਨਾ ਹੋਵੋ ਆਪ ਪ੍ਰਾਰਥਨਾ 'ਚ ਬੈਠੋ ਖੁਦਾ ਦਾ ਸ਼ੁਕਰ ਹੈ ਜਿਵੇਂ ਹੀ ਪ੍ਰਾਰਥਨਾ ਕੀਤੀ ਹਾਲੇ ਮੈਂ ਘਰ ਨਹੀਂ ਪਹੁੰਚਿਆ ਜਿੱਥੇ ਪ੍ਰੇਅਰ ਕਰਨ ਜਾਣਾ ਸੀ ਉਹਨਾਂ ਦੇ ਘਰ ਉੱਥੇ ਕਾਲ ਆ ਗਈ ਅੰਕਲ ਸਮਝ ਨਹੀਂ ਆਈ ਘਰ ਨੂੰ ਤਿੰਨ ਵਾਰੀ ਛਾਨ ਮਾਰਿਆ ਪੂਰੀ ਤਰ੍ਹਾਂ ਪਰ ਡਿੱਗਿਆ ਕਿਤੇ ਔਰ ਹੈ ਮਿਲ ਕਰੋ ਗਿਆ ਹੈ ਔਰ ਇਹ ਸਾਹਮਣੇ ਆ ਰਿਹਾ ਕਾਰਡ ਜਿਹੜਾ ਤੁਹਾਡੇ ਸਾਹਮਣੇ ਹੈ ਇਹਦੇ ਤੋਂ ਬਿਨਾਂ ਯੂਕੇ ਦੇ ਵਿੱਚ ਦੋ ਨੰਬਰ 'ਚ ਗਿਣਿਆ ਜਾਣਾ ਸੀ ਪਰ ਪ੍ਰਭੂ ਕਿੰਨਾ ਮਹਾਨ ਹੈ ਹਾਲੇਲੂਇਆ ਕਿਵੇਂ ਵੀ ਹੋਇਆ ਕਿੱਦਾਂ ਵੀ ਹੋਇਆ ਇਹ ਖੁਦਾ ਜਾਣਦਾ ਹੈ ਪਰ ਹੋਇਆ ਜ਼ਰੂਰ ਹੈ ਬੋਲੋ ਹਾਲੇਲੂਇਆ ਤਾਂ ਇਸੇ ਤਰ੍ਹਾਂ ਅਸੀਂ ਔਰ ਵੀ ਗਵਾਹ ਸਾਡੇ ਵਿੱਚ ਨੇ ਬਹੁਤ ਜ਼ਿਆਦਾ ਸੁਣਾਂਗੇ ਪਰ ਉਸ ਤੋਂ ਪਹਿਲੇ ਅਸੀਂ ਵਚਨ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਬੋਲੋ ਹਾਲੇਲੂਇਆ ਅੱਜ ਦਾ